ਪਿਛਲੇ ਦਿਨੀ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤਬਲੀਗੀ ਜਮਾਤੀ ਦਿੱਲੀ ਦੇ ਵਿੱਚ ਇਕੱਠ ਦੇ ਕਾਰਨ ਦੇਸ਼ ਭਰ ਵਿੱਚ ਕਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਗਈ ਸੀ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸੇ ਦੇ ਮੱਦੇਨਜ਼ਰ ਗੜਸ਼ੱਕਰ ਦੇ ਅਧੀਨ ਆਉਂਦੇ ਪਿੰਡ ਕਾਲੇਵਾਲ ਵਿੱਚ ਪਿਛਲੇ ਦਿਨੀ ਹਬੀਬ ਪੁੱਤਰ ਸੁਰਦੀਨ ਉਮਰ 24 ਸਾਲ ਨੂੰ ਸਿਵਲ ਹਸਪਤਾਲ ਆਈਸੋਲੇਟ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦੋਂ ਤਬਲੀਗੀ ਜਮਾਤ ਦੇ ਸ਼ੱਕੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ। ਜਦੋਂ ਉਸਦਾ ਫੋਨ ਨੰਬਰ ਮੰਗਿਆ ਗਿਆ ਤਾਂ ਉਸਨੇ ਫੋਨ ਗੁੰਮ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਲੋਕੇਸ਼ਨ 17 ਮਾਰਚ ਨੂੰ ਨਿਜ਼ਾਮੂਦੀਨ ਮਰਕਜ਼ ਦੀ ਸਾਹਮਣੇ ਆਈ, ਜਿਸ ਦੇ ਚੱਲਦੇ ਉਸਨੂੰ ਸਿਵਲ ਹਸਪਤਾਲ ਵਿੱਚ ਆਈਸੋਲੇਟ ਕੀਤਾ ਗਿਆ ਹੈ। ਇਹਦੇ ਬਾਰੇ ਹੈੱਡਕੁਆਟਰ ਤੋਂ ਆਈ ਸੀ ਇਨਫੋਰਮੇਸ਼ਨ, ਤਾਂ ਸਾਡੇ ਚੌਕੀ ਇੰਚਾਰਜ ਹੈਗੇ ਸਤਵਿੰਦਰ ਸਿੰਘ ਗਿਣਿਆਲ, ਉਹਨਾਂ ਨੂੰ ਉੱਥੇ ਭੇਜਿਆ ਸੀਗਾ, ਨਾਲ ਡਾਕਟਰਾਂ ਦੀ ਟੀਮ ਗਈ ਸੀਗੀ। ਅਤੇ ਉਸ ਬੰਦੇ ਨੂੰ ਹਬੀਬ ਸੀਗਾ ਜੀ, ਹਬੀਬ ਸਾਨੂੰ ਸ਼ੁਕਰ ਜੀ ਨੂੰ ਕਾਲੇ ਹਬੀਬ ਦਾ ਸੀਗਾ, ਅਤੇ ਉਹਨੂੰ ਸ਼ੱਕ ਦੇ ਆਧਾਰ 'ਤੇ ਉੱਥੇ ਸਿਵਲ ਹਸਪਤਾਲ ਜਿਹੜਾ ਦਾਖਲ ਕਰਾਤਾ ਆ, ਉੱਥੇ ਉਹਨੂੰ ਸੈਂਪਲ ਲੈ ਕੇ ਭੇਜ ਦਿੱਤੇ। ਸੈਂਪਲ ਲਾਉਣ ਤੋਂ ਬਾਅਦ ਫਿਰ ਅਗਲੀ ਕਾਰਵਾਈ ਜਿੱਦਾਂ ਦੀ ਕੋਈ ਉੱਪਰ ਇਸ ਤਰ੍ਹਾਂ ਪੁੱਛਗਿੱਛ ਕੀਤੀ ਗਈ, ਕੋਈ ਕੁਛ ਪਤਾ ਲੱਗਾ ਜੀ ਸੁਰਾਗ ਕੋਈ ਕਿੱਦਾਂ? ਇਹ ਜਿੱਦਾਂ ਹੁਣ ਆਪਣੇ ਆਪ ਕਹਿੰਦਾ ਮੈਂ ਦਿੱਲੀ ਗਿਆ ਨਹੀਂ ਹੈਗਾ, ਅਤੇ ਬਾਕੀ ਹੁਣ ਜਿੱਦਾਂ ਡਾਕਟਰ ਸਾਹਿਬ ਦੀ ਟੀਮ ਨਾਲ ਗਈ ਸੀਗੀ, ਉਹਦੇ ਹਿਸਾਬ ਨਾਲ ਫਿਰ ਜਦੋਂ ਸੈਂਪਲ ਆਉਣ ਤੋਂ ਬਾਅਦ ਇਹ ਹੋ ਸਕਦਾ ਵੀ ਜੇ ਤਾਂ ਸੈਂਪਲ ਕੋਈ ਪੋਜ਼ੀਟਿਵ ਆਊਗਾ ਫਿਰ ਉਹਦੇ ਹਿਸਾਬ ਨਾਲ ਉਹਦੀ ਕਰਵਾਈ ਡਾਕਟਰ ਸਾਹਿਬ ਨੂੰ ਕੀਤੀ ਜਾਊ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।